ਬਤਾ ਦਿੱਤਾ ਹੈ, ਸਰੋਂ ਦਾ ਵੀ ਬਤਾ ਦਿੱਤਾ ਹੈ। ਮੰਮੀ ਬਾਦਸ਼ਾਹ ਤੇਰੇ ਨਾਲ ਹੀ, ਮੈਂ ਕਹਿੰਦਾ ਮੇਰੀ ਸੀਟ ਤੇ ਤੂੰ ਹੀ ਬਹਿਣਾ। ਅੱਛਾ ਜੀ, ਤਖਲੀਆ ਸਲਤਨਤ ਕੀ ਸਾਰੀ ਕੁਆਰੀ ਬੱਚੀਆਂ ਪੇਸ਼ ਕੀ ਜਾਏ। ਫੇਸਬੁੱਕ ਤੇ ਪੰਜ ਪੰਜ ਮਿੰਟ ਦੇ ਕਲਿੱਪ ਨਹੀਂ ਵੇਖਦੇ ਤੁਸੀਂ? ਆਹੋ, ਅੱਛਾ ਇਹ ਉਹ ਹੈ ਜਿਹੜੀ ਕਹਿੰਦੀ ਹੈ ਕਿ 10 ਗਰੁੱਪਾਂ 'ਚ ਸ਼ੇਅਰ ਕਰੋ, ਮੈਂ ਫਿਰ ਫੋਨ 'ਤੇ ਲਾਈਵ ਲਾ। ਚੋਦਾ ਬਾਦਸ਼ਾਹ ਨੂੰ ਮੂੰਹ ਨਹੀਂ ਲਾਉਣ ਦਿਆ, ਇਹ ਹੈ ਹੀ ਕੁੱਤੇ ਦੇ ਪੁੱਤਰ ਨੇ, ਜਿਹੋ ਜਿਹੀ ਆਵਾਮ ਉਹੋ ਜਿਹਾ ਬਾਦਸ਼ਾਹ। ਵੈਸੇ ਛੋਟੀ ਉਮਰ ਦੀ ਲੱਗਦੀ। ਮੈਂ ਕਿਹਾ ਮਾਸਟਰ ਮਾਂ ਅੱਗੇ ਹੋ ਗਿਆ ਥੋੜਾ ਜਿਹਾ, ਮੈਂ ਸਾਹ ਲਿਆ ਤੇ ਤੁਹਾਡਾ ਬੰਪਰ ਛਿਲਿਆ ਜਾਣਾ ਜੀ। ਸ਼ੁਕਰ ਕਰ ਇਸ ਦੁਨੀਆ ਤੇ ਖੁਸ਼ ਰਹੇ ਨੇ, ਨਹੀਂ ਤੇ ਤੁਹਾਨੂੰ ਔਰਤਾਂ ਨੂੰ ਡਬਲ ਡਿਊਟੀ ਦੇਣੀ ਪੈਣੀ ਸੀ। ਅਸਲ ਦੱਸ ਓਏ ਕੀ ਕਰ ਰਹੇ ਸੋ? ਗੱਲਾਂ ਕਰਦੇ ਕਰਦੇ ਮੈਂ ਚੁੰਮੀ ਲੈਣ ਲੱਗਾ ਸਾ ਬਸ। ਚੁੰਮੀ? ਤੇ ਤਲਾਕ ਲੈਣਾ ਚਾਹੁੰਦੀ? ਹਾਂ ਮੈਂ ਇਸੇ ਤਲਾਕ ਲੈਣਾ ਚਾਹਤੀ ਹੂੰ। ਕਿੰਨੀ ਦੇਰ ਹੋ ਗਈ ਸ਼ਾਦੀ ਨੂੰ? 8 ਸਾਲ। ਤੇ 8 ਸਾਲ ਹੋਰ ਕਰ ਲੈਣੇ ਮਾਰੀ ਜਾਣਾ। ਚੁੰਮੀ ਲੈਣ ਲੱਗਾ ਸਰ? ਹਾਂਜੀ। ਅੱਛਾ ਕਿਵੇਂ ਚੁੰਮੀ ਲੈਣ ਲੱਗਾ ਸਰ? ਵੈਸੇ ਹੀ ਦੱਸ ਲੈ, ਸਾਡੇ ਨੇ ਅੰਦਰ ਵੜ ਜਾਣਾ। ਇੱਕ ਦੋ ਵਾਰੀ ਬਾਦਸ਼ਾਹ ਦੇ ਅੰਦਰ ਵੜਿਆ, ਛਿੱਕ ਕੇ ਕੱਢਿਆ ਬਾਹਰ। ਬਗੈਰਤ ਹੀ ਹੋ ਗਿਆ। 5 ਕਿਲੋ ਦਾ ਛਾਪਰ ਹੈ, 14 ਕਿਲੋ ਸਮਾਨ ਤੁੰਨਿਆ।